ਮੁਰਖ ਸਾਹਿਬ ਦੱਸੋ ਵੀ ਇਹ ਸਾਰਾ ਕੁੱਲ ਮਿਲਾ ਕੇ ਤੁਸੀਂ ਦੁੱਧ ਕਿੰਨਾ ਰੋਜ਼ ਦਸੇਲ ਕਹਿੰਦੇ ਦੁੱਧ 4 ਮਨ ਤੇ ਇਹ ਫਾਰਮ ਦੇ ਉੱਤੇ ਟੋਟਲ ਕੁੱਲ ਮਿਲਾ ਕੇ ਜਾਨਵਰ ਕਿੰਨੇ ਨੇ ਤੁਹਾਡੇ ਕੋਲ 125 ਅੱਛਾ ਵੈਲਕਮ ਜੀ ਖੁਸ਼ ਆਮਦੇ ਤੁਸੀਂ ਵੇਖ ਰਹੇ ਹੋ ਪਿੰਡ 34 YouTube ਚੈਨਲ ਮੈਂ ਤੁਹਾਡਾ ਦੋਸਤ ਸਗੀਰ ਅਬਾਸ ਰਣ ਦੋਸਤੋ ਪਿੰਡਾਂ ਦੀ ਸੈਰ ਦਾ ਸਿਸਲਾ ਵੀ ਜਾ ਰਹੀ ਹੈ ਮੰਡੀਆਂ ਦੀ ਸੈਰ ਦਾ ਸਿਸਲਾ ਵੀ ਜਾ ਰਹੀ ਹੈ ਤੇ ਇਸ ਸਿਸਰੇ ਦੇ ਵਿੱਚ ਅਸੀਂ ਅੱਜ ਚੱਕ ਨੰਬਰ 37 ਜੀ ਮੇ ਗਰਦਾਣਾ ਇਹਦੇ ਬਿਲਕੁਲ ਕਰੀਬਤਰੀ ਬਿਲਕੁਲ ਨਾਲ ਇੱਕ ਕਾਮਯਾਬ ਡੈਰੀ ਫਾਰਮ ਹੈ ਇਹਦੇ ਤੇ ਅਸੀਂ ਆਏ ਆ ਸਾਡੇ ਨਾਲ ਫਾਰਮ ਦੇ ਓਨਰ ਜਿਹੜੇ ਨੇ ਉਹ ਮੌਜੂਦ ਨੇ ਮਲਿਕ ਕਮਰ ਅਵਾਨ ਸਾਹਿਬ ਇਹਨਾਂ ਕੋ ਅਸੀਂ ਪੁੱਛਾਂਗੇ ਕਿ ਕਾਮਯਾਬ ਡੈਰੀ ਫਾਰਮ ਜਿਹੜਾ ਹੈ ਇਹਦਾ ਕੀ ਰਾਜ਼ ਹੈਗਾ ਉਸ ਤੋਂ ਇਲਾਵਾ ਇਹਨਾਂ ਕੋਲ ਜਾਨਵਰ ਕਿੰਨੇ ਨੇ ਗਾਵਾਂ ਕਿੰਨੀਆਂ ਨੇ ਮੱਝਾਂ ਕਿੰਨੀਆਂ ਨੇ ਦੁੱਧ ਕਿੰਨਾ ਸੇਲ ਕਰ ਰਹੇ ਆ ਇਹ ਸਾਰੀ ਡਿਟੇਲ ਅਸੀਂ ਜਨਾਬ ਮਲਕ ਸਾਹਿਬ ਕੋ ਪੁੱਛਾਂਗੇ ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਸਰ ਕੀ ਹਾਲ ਹੈ ਠੀਕ ਹੈ ਉਹ ਜਨਾਬ ਠੀਕ ਹੈ ਅਲਹਮਦੁਲਿਲਾ ਦੁਆ ਆਪਕੀ ਮਲਕ ਸਾਹਿਬ ਸਭ ਤੋਂ ਪਹਿਲੇ ਤਾਂ ਸਾਨੂੰ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਮੱਝਾਂ ਕਿੰਨੀਆਂ ਨੇ ਕਿਉਂਕਿ ਪਿੱਛੇ ਨਜ਼ਰ ਆ ਰਹੀਆਂ ਸਾਡੇ ਕੋਲ ਸਰ ਇਸ ਟਾਈਮ ਮੱਝਾਂ ਆਈਆਂ ਨੇ ਆਲਰੇਡੀ 22 ਅੱਛਾ 22 ਬਾਈ ਮੱਝਾਂ ਹਾਂਜੀ ਇਹਦੇ ਵਿੱਚ ਲਿਆਰੀਆਂ ਕਿੰਨੀਆਂ ਨੇ ਇਹਦੇ ਵਿੱਚ ਅੱਧੀਆਂ ਲਿਆਰੀਆਂ ਨੇ ਤੇ ਅੱਧੀਆਂ ਸਿੰਪਲ ਭਾਈ ਮੱਜਾ ਨੇ ਤੇ گاਵਾ ਕਿੰਨਿਆਂ ਨੇ گاਵਾ ਸਾਡੇ ਕੋਲ 12 12 گاਵਾ ਨੇ ਜੀ ਅੱਛਾ ਸਭ ਤੋਂ ਪਹਿਲੇ ਦੱਸੋ ਵੀ ਮੱਝਾਂ ਦੀ نسل ਕਿਹੜੀ ਕਿਹੜੀ ਹੈਗੀ ਡਰਾਵੀ ਹੈ ਅੱਛਾ ਇਹ ਫਿਰ ਉਹਦੇ ਬਾਅਦ ਇੱਕ ਨੀਲੀ نسل ਹੈ ਅੱਛਾ ਇਹ ਦੋ ਸਾਡੇ ਕੋਲ ਨਸਲਾਂ ਠੀਕ ਹੈ ਤੇ ਗਾਂ ਦੀ ਕਿਹੜੀ ਕਿਹੜੀ نسل ਹੈਗੀ ਚੋਲਿਸਤਾਨੀ ਅੱਛਾ ਦੇਸੀ ਹੈ ਤੇ ਰਾਜਸਥਾਨੀ ਅੱਛਾ ਰਾਜਸਥਾਨੀ ਅੱਛਾ ਜਿਹੜਾ ਇੱਕ ਟ੍ਰੈਂਡ ਬਣਿਆ ਹੈ ਕਿ ਜੀ ਬਲੈਤੀ ਗਾਂ ਜਿਹੜੀ ਹੈਗੀ ਹੈ ਫਰੀਜ਼ੀਅਨ ਉਹ ਉਹ ਦੋ ਜ਼ਿਆਦਾ ਦਿੰਦੀ ਹੈ ਜਾਂ ਇਹ ਤੁਸੀਂ ਸਾਰੀਆਂ ਦੇਸੀ نسل ਦੀਆਂ ਰੱਖੀਆਂ ਹੋਈਆਂ ਇਹ ਤੇ ਦੇਖਭਾਲ ਤੇ ਹੈਗੀ ਹੈ ਇਨਸਾਨ ਦੀ ਕਿ ਜਿਵੇਂ ਤੁਸੀਂ ਤਿੰਨ ਟਾਈਮ ਉਹਨੂੰ ਕਹਿੰਦੇ ਮੇਨਟੇਨ ਕਰਦੇ ਹੋ ਉਸ ਹਿਸਾਬ ਦੇ ਨਾਲ ਫਿਰ ਮਾਜ ਇਹ ਗਾਂ ਦੀ ਪਰਫਾਰਮੈਂਸ ਹੁੰਦੀ ਤੇ ਇਹ ਫਾਰਮ ਦੇ ਉੱਤੇ ਟੋਟਲ ਕੋਲ ਮਿਲਾ ਕੇ ਜਾਨਵਰ ਕਿੰਨੇ ਨੇ ਤੁਹਾਡੇ ਕੋਲ 125 ਅੱਛਾ 125 125 ਦੇ ਵਿੱਚ ਕਟੀਆਂ ਤੇ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੀ ਛੋਟੀ ਨਸਲ ਹੋ ਗਈ ਤੇ ਇਹ ਫਾਰਮ ਜਨਾਬ ਕੋਲ ਇਹ ਕਿੰਨੀ ਜਗ੍ਹਾ ਦੇ ਉੱਤੇ ਐ ਹੈਗਾ ਜੀ 6 ਕਿਲੇ ਤੇ ਅੱਛਾ ਮੈਕਸਿਮਮ 6 ਕੋਸਤ ਕਿਲੇ ਤੇ ਆਇਆ 6 ਏਕੜ ਰਕਬਾ ਹੈਗਾ ਤੇ ਗੱਲਬਾਤ ਕੋਈ ਮੇਰੇ ਖਿਆਲ ਲੇ ਕੇ ਕੋਦਵਾੜਕ ਦੇ ਵਿੱਚ ਤੁਸੀਂ ਫਾਰਮ ਬਣਾਇਆ ਹਾਂਜੀ ਬਿਲਕੁਲ ਤੇ ਮਲਕ ਸਾਹਿਬ ਦੱਸੋ ਵੀ ਇਹ ਸਾਰਾ ਕੁੱਲ ਮਿਲਾ ਕੇ ਤੁਸੀਂ ਦੁੱਧ ਕਿੰਨਾ ਰੋਜ਼ ਦਸੇਲ ਕਹਿੰਦੇ ਦੁੱਧ ਅਸੀਂ ਸਾਡੇ ਜਾਨਵਰ ਇਸ ਟਾਈਮ ਜ਼ਿਆਦਾਤਰ ਗੱਬਨ ਨੇ ਅੱਛਾ ਠੀਕ ਹੈ ਕੋਈ ਅਠਵੇਂ ਮਹੀਨੇ ਕੋਈ ਨੌਵੇਂ ਮਹੀਨੇ ਇਸ ਟਾਈਮ ਜਿਹੜਾ ਹੈਗਾ ਸਾਡਾ ਦੁੱਧ ਚਾਰ ਮਨ ਮੇਬੀ ਕਹਿ ਸਕਦੇ ਮਲਕ ਸਾਹਿਬ ਸਾਡਾ ਚੋਕੇ ਮਕਸਦੇ ਕਾਮਯਾਬ ਡੈਰੀ ਫਾਰਮ ਵਿਖਾਣ ਦਾ ਔਰ ਅਲਹਮਦੁਲਿਲਾ ਇਹ ਫਾਰਮ ਵੀ ਕਾਮਯਾਬ ਹੈ ਕਿਉਂਕਿ ਅਸੀਂ ਕਾਫੀ ਅਰਸੇ ਤੋਂ ਇਨ ਵੇਖ ਰਹੇ ਹਾਂ ਇਨਸ਼ਾਅੱਲਾ ਤੇ ਕੀ ਫਾਰਮਰ ਨੂੰ مشورہ ਦਿਓਗੇ ਇਹ ਕੀ ਕਿਵੇਂ ਕਾਮਯਾਬੀ ਦਾ ਰਾਜ਼ ਹੈਗਾ ਕਿਉਂਕਿ ਫਾਰਮ ਬਣਦੇ ਨੇ 1 ਸਾਲ 2 ਸਾਲ ਤੋਂ ਬਾਅਦ ਪਤਾ ਚੱਲਦਾ ਜੀ ਉਹ ਬੰਦ ਹੋ ਗਿਆ ਇਧਰ ਜ਼ਰਾ ਕਿਹਾ ਹੋ ਰਿਹਾ ਬੰਦ ਬੰਦ ਐਂਜ ਹੋ ਗਿਆ ਕਿ ਜਦੋਂ ਤੁਸੀਂ ਲੇਬਰ ਦੇ ਸਿਰ ਤੇ ਹਰ ਚੀਜ਼ ਸੁੱਟ ਦਿਓਗੇ ਠੀਕ ਹੈ ਜਦੋਂ ਤੱਕ ਤੁਸੀਂ ਆਪ ਉੱਤੇ ਸਿਰ ਤੇ ਨਹੀਂ ਰਹੋਗੇ ਤਿੰਨ ਤਿੰਨ ਟਾਈਮ ਇੱਕ ਜਾਨਵਰ ਦੀ ਨਸ਼ੂਮਾ ਨਹੀਂ ਕਰੋਗੇ ਤੇ ਉਹਨੇ ਡੋ ਨਹੀਂ ਹੋਣਾ ਤੇ ਉਹਦੀ ਖੁਰਾਕ ਘਟਣੀ ਹੈ ਜਦੋਂ ਜੈਂ ਅਸੀਂ ਤਿੰਨ ਟਾਈਮ ਰੋਟੀ ਖਾਣੇ ਆ ਇਹਨਾਂ ਨੂੰ ਵੀ ਤਿੰਨ ਟਾਈਮ ਖੈ ਚਾਹੀਦਾ ਚਾਹੀਦਾ ਬਿਲਕੁਲ ਜੈ ਜਗਲੀ ਅਸੀਂ ਤੇ ਮੂੰਹ ਮੰਗ ਲੈਨੇ ਇਹਨਾਂ ਨੇ ਤੇ ਮੂੰਹ ਨਹੀਂ ਮੰਗਨੇ ਇਹ ਚੀਜ਼ ਹੈ ਜੀ ਜਦੋਂ ਇੱਕ ਜਾਨਵਰ ਨੂੰ ਆਪਣਾ ਕਾਰ ਦਾ ਫਰਜ਼ ਸਮਝ ਕੇ ਰੱਖੋਗੇ ਉਹਦੇ ਨਾਲ ਜਿੰਨਾ ਪਿਆਰ ਕਰੋਗੇ ਉਹ ਤੁਹਾਨੂੰ ਇਹਨਾਂ ਹੈਪੀ ਕਰੇਗਾ ਮਤਲਬ ਇਹ ਹੈ ਕਿ ਇੱਕ ਤੇ ਮਾਲਕ ਨੂੰ ਖੁਦ ਸਿਰ ਨਾਲ ਮੌਜੂਦ ਰਹਿਣਾ ਪੈਂਦਾ ਬੇਸ਼ੱਕ ਹੈ ਜੀ ਸਭ ਤੋਂ ਪਹਿਲੀ ਕਾਮਯਾਬੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਟ੍ਰੀਟ ਹੈਗੀ ਆ ਕਿ ਜਿੰਨਾ ਇਹਨਾਂ ਨੂੰ ਅੱਛਾ ਤੁਸੀਂ ਪਾਓਗੇ ਉਹਨਾਂ ਅੱਛਾ ਉਹ ਤੁਹਾਨੂੰ ਰਿਵਾਰਡ ਦੇਣਗੇ ਹਾਂ ਜੀ ਹਾਂ ਜੀ ਸਰ ਤੇ ਮੱਜ ਦੇ ਬਾਰੇ ਕੀ ਤੁਸੀਂ ਆਂਦੇ ਹੋ ਵੀ ਐਵਰੇਜ ਜਿਹੜੀ ਹੈ ਦੁੱਧ ਦੀ ਮੱਜ ਤੇ ਗਾਂ ਦੇ ਵਿੱਚ ਕੀ ਡਿਫਰੈਂਟ ਪਾਉਂਦੇ ਹੋ ਮੈਂ ਜ਼ਿਆਦਾਤਰ ਪਾਕਿਸਤਾਨੀ ਤੁਹਾਨੂੰ ਪਤਾ ਕਿ ਲੋਕੀ ਜ਼ਿਆਦਾਤਰ ਦੁੱਧ ਮੱਜਾਂ ਦਾ ਮੰਗਦੇ ਨੇ ਪਰ ਗਾਵਾਂ ਦੇ ਦੁੱਧ ਦੇ ਵਿੱਚ ਵੀ ਮਾਸ਼ਾਅੱਲਾ ਸ਼ਫਾ ਹੈਗੀ ਹੈ ਠੀਕ ਹੈ ਪਰ ਗੱਲ ਹੈ ਕਿ ਜਿੰਨੇ ਕੋ ਡੈਰੀ ਤੇ ਖਰਚੇ ਹੋ ਗਏ ਨੇ ਦੁੱਧ ਦੀ ਉਹ ਪ੍ਰਾਈਸ ਨਹੀਂ ਮਿਲ ਰਹੀ ਹਰ ਚੀਜ਼ ਦੀ ਪ੍ਰਾਈਸ ਵੱਧ ਗਈ ਤੇ ਦੁੱਧ ਇੱਕ ਐਸੀ ਚੀਜ਼ ਹੈ ਜਿੰਦੀ ਪ੍ਰਾਈਸ ਨਹੀਂ ਵੱਧ ਮਿਲਦੀ ਇਸ ਦਿਨ ਇਹ ਉਹ ਵੇਖ ਲਓ ਨਾ ਵੀ ਲੀਟਰ ਪਾਣੀ ਦੀ ਬੋਤਲ ਦਾ ਤੇ ਰੇਟ ਤੇ ਦੁੱਧ ਦਾ ਰੇਟ ਬਿਲਕੁਲ ਐਂ ਜੀ ਖਾਲਸ ਚੀਜ਼ ਹੈ ਤੁਸੀਂ ਅਗਰ ਫਾਰਮ ਕੋ 100 ਸਵਾ 100 ਕਿਲੋ ਵੀ ਲੈਣ ਜਾਂਦੇ ਹੋ ਤੇ ਉੱਥੇ ਤੁਸੀਂ ਤੜਲੇ ਕਹਿੰਦੇ ਹੋ ਕਿ ਨਹੀਂ ਮਹਿੰਗਾ ਤੇ ਦੁਕਾਨਾਂ ਕੋ ਤੁਸੀਂ ਪਾਣੀ ਭਾਵੇਂ 150 ਰੁਪਏ ਕਿਲੋ ਲੈ ਲਓ अच्छा ते ਇਹਨਾਂ ਦੇ ਜਿਹੜਾ ਮੌਸਮੀ ਅਸਰਾਂਤ ਨੇ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਕਿਉਂ ਮੌਸਮੀ ਅਸਰਾਂਤ ਠੰਡ ਦੇ ਵਿੱਚ ਸਿਰਫ ਜਾਨਵਰ ਦੀ ਬਹੁਤ ਜ਼ਿਆਦਾ ਕੇਅਰ ਹੈ ਗਰਮੀਆਂ ਦੀ ਤੇ ਨੋ ਪ੍ਰੋਬਲਮ ਪਰ ਜੇ ਠੰਡ ਹੈਗੀ ਉਹ ਇਨਸਾਨ ਜੇ ਇਨਸਾਨ ਨੂੰ ਲੱਗਦੀ ਇਹਨਾਂ ਨੂੰ ਵੀ ਲੱਗਦੀ ਇਹਨਾਂ ਦੀ ਚਾਰੇ ਤਰਫ ਕਵਰੀ ਹੈ ਜਿਵੇਂ ਅਸੀਂ ਚਾਰੇ ਤਰਫ ਪਰਦੇ ਛਾਮੀ ਸੁੱਟ ਦੇਈਦੇ ਨੇ ਚੁਆਈ ਦੇ ਬਾਅਦ ਠੀਕ ਹੈ ਉਹਦੇ ਬਾਜੀ ਦਾ ਧੋਪ ਨਿਕਲਦੀ ਤੇ ਤੁਹਾਡੇ ਸਾਹਮਣੇ ਸਾਰੀਆਂ ਓਪਨ ਫੇਰਦੀਆਂ ਪਈਆਂ ਹਮ ਮੈਂ ਸਤਾਂ ਤੇ ਇਹ 마शाल्लाह ਤੁਹਾਡੇ ਕੋਲ ਇਨੇ ਜਾਨਵਰ ਨੇ ਤੇ ਡਾਕਟਰ ਦਾ ਕੀ ਅਰੇਂਜ ਡਾਕਟਰ ਸਾਹਿਬ ਅਥੇ ਇਹ ਸਾਡੇ ਕੋਲ ਕਾਰੇ ਤੇ ਹੈਗੇ ਨੇ ਡਾਕਟਰ ਸਈਦ ਸਾਹਿਬ ਅੱਛਾ ਐ ਤੁਹਾਨੂੰ ਨੇ ਇੱਕ ਬਾਦ ਮੈਂ ਤਾਰੂਫ ਹੁਣਾਣਾ ਕਰਾਨਾ ਅੱਛਾ ਸਟੂਡੈਂਟ ਮੁੰਡਾ ਕਾਬਲ ਹੈ ਅੱਛਾ ਚਲੋ ਤਵੱਜਾ ਦੇ ਰਿਹਾ ਕੰਪਰੋਮਾਈਜ਼ ਕਰ ਰਿਹਾ ਸਾਡੇ ਨਾਲ ਮਲਕ ਸਾਹਿਬ ਸਾਨੂੰ ਇਹ ਦੱਸੋ ਵੀ ਤੁਹਾਡੇ ਜਿਹੜੀਆਂ ਇਕਟੀਆਂ ਵਛੀਆਂ ਹੁੰਦੀਆਂ ਨੇ ਇਹਨਾਂ ਦੀ ਸੇਲ ਪਰਚੇਜ਼ ਜਾਂ بڑے ਜਾਨਵਰ ਦੀ ਸੇਲ ਪਰਚੇਜ਼ ਵੀ ਕਰਦੇ ਆਂ ਹਾਂਜੀ ਬਿਲਕੁਲ ਕਰਦੇ ਆਂ ਜੇ ਤੁਹਾਨੂੰ ਜਿਹੜਾ ਜਾਨਵਰ ਸਾਨੂੰ ਪਤਾ ਲੱਗੇ ਕਿ ਸਾਨੂੰ ਇੰਨੀ ਪ੍ਰਾਈਸ ਦਾ ਮਿਲਿਆ ਕੋਈ ਕਿਸੇ ਨੂੰ ਪਸੰਦ ਆ ਗਿਆ ਤੇ ਫਿਰ ਅਸੀਂ ਉਸ ਹਿਸਾਬ ਨਾਲ ਉਹਨੂੰ ਡਿਮਾਂਡ ਦੱਸੀ ਦੀ ਅਗਰ ਸਾਡੇ ਵਾਰੇ ਵਿੱਚ ਹੋਈ ਤੇ ਸੇਲ ਕਰ ਦੇਦੀ ਨਹੀਂ ਤੇ ਕੋਈ ਗੱਲ ਨਹੀਂ ਸਾਡੇ ਕੋ ਖਲੋਤਾ ਤੇ ਇਹ ਹਰ ਜਾਨਵਰ ਦੇ ਕੰਨ ਦੇ ਉੱਤੇ ਟੈਗ ਲਾਇਆ ਹੋਇਆ ਇਹ ਟੈਗ ਇਸ ਵਾਸਤੇ ਲਾਇਆ ਕਿ ਕਾਵਾਂ ਦੀ ਜਾਂ ਮੱਝਾਂ ਦੀ ਨਿਸ਼ਾਨੀ ਰੱਖੀ ਹੁੰਦੀ ਹੈ ਹਾਂ ਕਿ ਇਹ ਇੰਨੇ ਮਹੀਨੇ ਦੀ ਗੱਭਣ ਹੈ ਜਾਂ ਇਹ ਫਰਾਨੇ ਦਿਨ ਬੋਲੀ ਹੈ ਅੰਦਰ ਦੁੱਧ ਇੰਨਾ ਹੈਗਾ ਐਵਰੇਜ ਅਸਲ ਤੇ ਕਿ ਜਦੋਂ ਮੱਝਾਂ ਹੀਆਂ ਨੇ ਇੱਕ ਵਾਂਗੋ ਜੀਆਂ ਤੇ ਹਰ ਬੰਦਾ ਫੌਰਨ ਹੀ ਪਛਾਣ ਜਾਂਦਾ ਕਿ ਬਾਈ ਮੱਝਾਂ ਵਿੱਚ ਹੈ ਫੌਰਨ ਮੱਝ ਇੱਕ ਮੱਝ ਤਾਂ ਨੰਬਰ ਜੋ ਲੱਗਾ ਹੁਣ ਕਈ ਮੱਝ ਐਸੀ ਹੁੰਦੀਆਂ ਨੇ ਕਿ ਉਹਨਾਂ ਨੂੰ ਤੁਸੀਂ ਆਵਾਜ਼ ਦੱਸ ਦੇਣੀ ਇਹ 22 ਨੰਬਰ ਮੱਝ ਪੰਜੀ ਨੰਬਰ ਮੱਝ ਉਹਨੇ ਆਪ ਆ ਜਾਣਾ ਚੋਈ ਜਿਹੜੀ ਅੱਛਾ ਇਹ ਇਸ ਤਰ੍ਹਾਂ ਵੀ ਹੈ ਕਿ 22 ਨੰਬਰ ਆ ਜਾ ਬਈ ਹਾਂਜੀ ਬਿਲਕੁਲ ਹੈ ਜੀ ਕਿਉਂ ਨਹੀਂ ਹਾਂ ਇਹ ਆਮ ਬਕਾਇਦਾ ਤੁਸੀਂ ਸਕੂਲਿੰਗ ਕਰਦੇ ਹੋ ਇਹਨਾਂ ਦੀ ਹਾਂਜੀ ਬਿਲਕੁਲ ਸਾਡੇ ਕੋਲ ਹੀ ਮੁੰਡਾ ਹੈਗਾ ਹਾਂਜੀ ਉਹਨਾਂ ਦਾ ਮੱਝਾਂ ਤੇ ਗਾਵਾਂ ਹੀ ਲਈਆਂ ਹੋਈਆਂ ਨੇ ਅੱਛਾ ਇਹਨਾਂ ਦੀ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਉਹ ਖੁਰਾਕ ਹੈ ਖੁਰਾਕ ਦੇ ਵਿੱਚ ਅੱਜ ਮੋਸਟਲੀ ਅੱਜਕੱਲ ਸਾਇਲੇਜ ਇਸਤੇਮਾਲ ਹੋ ਰਿਹਾ ਤੁਸੀਂ ਕੀ ਕੀ ਕਰ ਰਹੇ ਹੋ ਅਸੀਂ ਵੀ ਸੈਲੀ ਜੀ ਨੇ ਦਾ ਬਣਾਇਆ ਆਪ ਬਣਾਇਆ ਸੀ ਠੀਕ ਹੈ ਉਹਦੇ ਲਾਵਾ ਅਸੀਂ ਵੰਡਾ ਇਸਤੇਮਾਲ ਕਰਨੇ ਪਏ ਆ ਆਪਣਾ ਬਨੇ ਹੋਇਆ ਆਪਣਾ ਬਨੇ ਹੋਇਆ ਕੋ ਮੁਰਾਦ ਕੇ ਇੱਕ ਬਾਜ਼ਾਰੋਂ ਵੰਡਾ ਮਿਲਦਾ ਹੂੰ ਉਹ ਸਾਡੀ ਅੱਖਾਂ ਦੇ ਸਾਹਮਣੇ ਨਹੀਂ ਪਤਾ ਸਾਨੂੰ ਨਹੀਂ ਪਤਾ ਕਿ ਕਿਸ ਚੀਜ਼ ਦਾ ਬਣਾਦੇ ਐ ਜਿਹੜਾ ਵੰਡਾ ਸੀ ਯੂਜ਼ ਕਰਨੇ ਵੀ ਅੰਦੇ ਵਿੱਚ ਤੁਸੀਂ ਹਰ ਚੀਜ਼ ਆਪਣੀ ਦੇਸੀ ਪਾਣੀ ਮਾਰਕੀਟੋਂ ਲੈ ਕੇ ਬਾਜ਼ਾਰੋਂ ਲੈ ਕੇ ਕਣਕ ਹੋ ਗਈ ਗੰਦਮ ਹੈਗੀ ਫਿਰ ਮੱਝਾਂ ਤੇ ਗਾਵਾਂ ਨੂੰ ਸਾੜੂ ਪੈਂਦਾ ਠੀਕ ਹੈ ਉਹਨਾਂ ਵਾਸਤੇ ਵੀ ਜਿਹੜਾ ਵੰਡਿਆ ਉਹਦੇ ਵਿੱਚ ਜੋ ਦੇਸੀ ਚੀਜ਼ਾਂ ਸ਼ਫਾ ਪੈ ਗਈ ਤੇ ਉਹ ਸਾੜੂ ਵਗੈਰਾ ਵੀ ਸੋ ਟੈਨਸ਼ਨ ਨਾ ਕੋ ਬਿਲਕੁਲ ਉਹ ਤੁਸੀਂ ਉਹ ਹੈਂਡ ਮੇਡ ਮਤਲਬ ਕਿ ਜ਼ਾਤੀ ਤੌਰ ਤੇ ਬਣਾਇਆ ਹੁੰਦਾ ਉਹ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਕੀ ਕੀਤਾ ਹੈ ਹਾਂਜੀ ਅਸੀਂ ਜਿਹੜੀ ਬਾਜ਼ਾਰ ਦੀ ਚੀਜ਼ ਅਸੀਂ ਲੈਂਦੀ ਹੈ ਜਿੰਨਾਂ ਵਾਸਤੇ ਵੀ ਅਸੀਂ ਪਰਚੇਸ ਕੀਤੀ ਹੈ ਸਾਨੂੰ ਵਿਜ਼ਿਟ ਹੁੰਦਾ ਨਹੀਂ ਮਿਲਿਆ ਹਾਂਜੀ ਮਲਕ ਸਾ ਮਾਸ਼ਾਅੱਲਾ ਤੁਸੀਂ ਸੇਲ ਪਰਚੇਜ਼ ਵੀ ਕਰਦੇ ਹੋ ਤੇ ਵੇਖਣ ਵਾਲੇ ਨੂੰ ਆਪਣਾ ਨੰਬਰ ਦੇ ਦਿਓ ਕਿ ਕਿਸੇ ਬੰਦੇ ਨੂੰ ਵਿਜ਼ਿਟ ਕਰਨਾ ਹੋਵੇ ਜਾਂ ਕੋਈ ਮੇਰਾ ਨੰਬਰ ਜੈਜ਼ ਹੈਗਾ 0321446634 ਜ਼ੋਂਗ ਦਾ 031059971 ਮਲਕ ਕਮਰ ਅਵਾਨ ਹਾਂਜੀ ਬਿਲਕੁਲ ਮਲਕ ਕਮਰ ਅਵਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਤੁਸੀ ਸਨ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਵੀਰ ਸ਼ਗੀਰ ਬਾਸ ਰੇਂਦ ਨੂੰ ਦਿਓ ਇਜਾਜ਼ਤ ਰੱਬ ਰੱਖੇ